ਵਿਧਾਨਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਤਿਆਰ ਨੇ ਉੱਥੇ ਹੀ ਪੰਜਾਬ 'ਚ ਚੋਣਾਂ ਸ਼ਾਂਤੀਪੂਰਨ ਤਰੀਕੇ ਨਾਲ ਹੋ ਸਕਣ ਇਸ ਦੇ ਲਈ ਚੋਣ ਕਮਿਸ਼ਨ ਨੇ ਵੀ ਪੁਖਤਾ ਪ੍ਰਬੰਧ ਕੀਤੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਰ ਵਿਧਾਨ ਸਭਾ ਹਲਕੇ ਦਾ ਇੱਕ ਇੱਕ ਅਪਡੇਟ ਚੋਣ ਕਮਿਸ਼ਨ ਦੀ ਨਜ਼ਰ ਹੇਠ ਹੈ। ਇਸ ਦੇ ਲਈ ਕਮਿਸ਼ਨ ਨੇ 487 ਫਲਾਇੰਗ ਸਕੁਐਡ ਅਤੇ 506 ਸਟੈਟਿਕ ਸਵਿਲਾਂਸ ਟੀਮ ਮੈਦਾਨ 'ਚ ਉਤਾਰੀ ਹੈ। ਸਟੈਟਿਕ ਫਲਾਇੰਗ ਸਕੁਐਡ ਟੀਮ GPS ਮੋਡ ਕੈਮਰੇ ਦੇ ਨਾਲ ਲੈਸ ਹੈ। ਇਹ ਟੀਮ ਕੰਟਰੋਲ ਰੂਮ ਨੂੰ ਚੋਣ ਖੇਤਰ 'ਚ ਹੋ ਰਹੀ ਹਰ ਗਤੀਵਿਧੀ ਦੀ ਜਾਣਕਾਰੀ ਨਾਲੋ ਨਾਲ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਇਲੈਕਸ਼ਨ ਕੇ ਲੀਏ ਹਮ ਇਲੈਕਸ਼ਨ ਕਮਿਸ਼ਨ ਕੀ ਤਰਫ ਸੇ ਪੂਰਾ ਇੰਤਜ਼ਾਮ ਹੈ ਔਰ ਯਹਾਂ ਹਮ ਐਕਸਪੈਂਡੀਚਰ ਮੋਨੀਟਰਿੰਗ ਕੇ ਲੀਏ ਸਪੈਸਿਫਿਕ ਟੀਮਸ ਵਗੈਰਾ ਬਣਾਏ ਹੋਏ ਹਰ ਇੱਕ ਡਿਸਟ੍ਰਿਕਟ ਮੇਂ ਇੱਕ ਫਲਾਇੰਗ ਸਕੁਆਡ ਸਟੈਟਿਕ ਸਰਵੇਲੈਂਸ ਟੀਮ ਵੀਡੀਓ ਸਰਵੇਲੈਂਸ ਟੀਮ ਵੀਡੀਓ ਵਿਊਇੰਗ ਟੀਮ ਉਸਕੇ ਇਲਾਵਾ ਅਸਿਸਟੈਂਟ ਐਕਸਪੈਂਡੀਚਰ ਅਬਜ਼ਰਵਰਸ ਵਗੈਰਾ ਹੈ। ਨਾਲ ਹੀ ਪੁਲਿਸ ਨਾਕੇ ਅਤੇ ਵਾਹਨ ਚੈਕਿੰਗ ਦੀ ਤਮਾਮ ਰਿਪੋਰਟ ਵੀ ਚੰਡੀਗੜ੍ਹ ਸਥਿਤ ਕੰਟਰੋਲ ਰੂਮ ਨੂੰ ਮਿਲ ਰਹੀ ਹੈ। ਇਹ ਵਿਸ਼ੇਸ਼ ਮੀਡੀਆ ਸੈੱਲ ਅਤੇ ਮੋਨੀਟਰਿੰਗ ਸੈੱਲ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ। ਖਾਸ ਕਰ ਉਮੀਦਵਾਰਾਂ ਦੇ ਚੋਣ ਖਰਚਿਆਂ ਤੇ ਵੀ ਕਮਿਸ਼ਨ ਦੀ ਪਹਿਲੀ ਨਜ਼ਰ ਬਣੀ ਹੋਈ ਹੈ। ਸਰ ਮੈਨੇ ਬਤਾਇਆ GPS ਮਾਊਂਟਡ ਕੈਮਰਾ ਸੇ ਹਮੇ ਲਾਈਵ ਫੀਡ ਮਿਲ ਰਹੇ ਔਰ ਯਹਾਂ ਪੇ ਵੀ ਹਮਨੇ ਇੱਕ ਸੈੱਲ ਬਣਾਏ ਹੋਏ ਹੈ ਵੋ 24x7 ਵੋ ਮੋਨੀਟਰ ਕਰ ਰਹੇ ਔਰ ਜੋ ਵੀ ਐਕਟੀਵਿਟੀਜ਼ ਐਸੀ ਮੇਂ ਚੱਲ ਰਹਾ ਹੈ ਕੋਈ ਪੋਲੀਟੀਕਲ ਰੈਲੀ ਚੱਲ ਰਹਾ ਹੈ ਜਾਂ ਕੋਈ ਨਾਕਾ ਮੇਂ ਕੋਈ ਕਾਰਵਾਈ ਚੱਲ ਰਹਾ ਹੈ ਵਹੀਕਲਸ ਕੀ ਜੋ ਚੈਕਿੰਗ ਚੱਲ ਰਹੀ ਹੈ ਵੋ ਵੀ ਹਮ ਸੀਧਾ ਯਹਾਂ ਸੇ ਦੇਖ ਰਹੇ ਹੈ ਔਰ ਇੱਕ ਰਜਿਸਟਰ ਪੇ ਸਾਰੇ ਮੇਨਟੇਨ ਕੀਆ ਹੁਆ ਹੈ ਔਰ ਜੋ ਵੀ ਐਕਟੀਵਿਟੀਜ਼ ਹੈ ਉਸਕਾ ਪੂਰਾ ਰਿਕਾਰਡ ਹਮਾਰੇ ਪਾਸ ਹੈ। ਚੋਣ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਚੋਣਾਂ ਪਾਰਦਰਸ਼ਤਾ ਤੇ ਨਿਰਪੱਖ ਤਰੀਕੇ ਦੇ ਨਾਲ ਕਰਵਾਈਆਂ ਜਾਣ। ਹਾਲਾਂਕਿ ਕਮਿਸ਼ਨ ਦੀ ਸਖਤੀ ਤੇ ਤਿਆਰੀਆਂ ਦਾ ਕਿੰਨਾ ਅਸਰ ਹੁੰਦਾ ਇਹ ਹਾਲੇ ਦੇਖਣਾ ਬਾਕੀ ਹੈ। ਕੁਲਵੀਰ ਦੀਵਾਨ, ਜ਼ੀ ਮੀਡੀਆ, ਚੰਡੀਗੜ੍ਹ।